ਅਜੀਤ ਗਰੁੱਪ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵੱਲੋਂ ਸੱਮਣ ਜਾਰੀ ਕੀਤੇ ਗਏ ਨੇ ਵਿਜੀਲੈਂਸ ਨੇ ਪੁੱਛਗਿੱਛ ਦੇ ਲਈ ਉਹਨਾਂ ਨੂੰ 29 ਮਈ ਲਈ ਤਲਬ ਕੀਤਾ ਹੋਇਆ ਵਿਜੀਲੈਂਸ ਜੋ ਕਾਰਵਾਈ ਹੋਈ ਹੈ ਇਹ ਕਾਰਵਾਈ ਜਾਂ ਸੱਮਣ ਜਾਰੀ ਜਿਹੜੇ ਕੀਤੇ ਗਏ ਨੇ ਜੰਗ ਇਹ ਆਜ਼ਾਦੀ ਜੋ ਮੈਮੋਰੀਅਲ ਬਣਾਇਆ ਗਿਆ ਸੀ ਕਰਤਾਰਪੁਰ ਦੇ ਵਿੱਚ ਉਸ ਮਾਮਲੇ ਦੇ ਤਹਿਤ ਜਾਰੀ ਕੀਤੇ ਗਏ ਨੇ ਵਿਜੀਲੈਂਸ ਦੇ ਮੁਤਾਬਕ ਜੰਗੇ ਆਜ਼ਾਦੀ ਜੋ ਯਾਦਗਾਰ ਬਣਾਈ ਗਈ ਸੀ ਬਣਾਉਣ ਵੇਲੇ ਇਸ ਦੇ ਫੰਡਾਂ ਦੇ ਵਿੱਚ ਕਥਿਤ ਤੌਰ ਦੇ ਉੱਪਰ ਦੁਰਵਰਤੋਂ ਕੀਤੀ ਗਈ ਹੈ ਇਸ ਕਰਕੇ ਜਾਂ ਇਸ ਦੀ ਜਾਂਚ ਜਿਹੜੀ ਵਿਜੀਲੈਂਸ ਪਹਿਲਾਂ ਹੀ ਕਰ ਰਹੀ ਸੀ ਤਾਂ ਹੁਣ ਇਸ ਜਾਂਚ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਸੀਨੀਅਰ ਜਰਨਲਿਸਟ ਬ੍ਰਿਜਿੰਦਰ ਸਿੰਘ ਹਮਦਰਦ ਜੋ ਅਜੀਤ ਗਰੁੱਪ ਦੇ ਸੰਪਾਦਕ ਹੈ ਉਹਨਾਂ ਨੂੰ ਤਲਬ ਕੀਤਾ ਗਿਆ ਤਾਂ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਸੀ ਜੰਗਲੇ ਆਜ਼ਾਦੀ ਦੇ ਜਿਹੜੇ ਸਕੱਤਰ ਸੀ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਜਲੰਧਰ ਦੇ ਵਿੱਚ ਤਾਂ ਜੋ ਹੁਣ ਅਜੀਤ ਗਰੁੱਪ ਦੇ ਸੰਪਾਦਕ ਨੂੰ ਲੈ ਕੇ ਸਮਨ ਜਾਰੀ ਹੋਇਆ ਇਸ ਤੇ ਪੰਜਾਬ ਦੀ ਸਿਆਸਤ ਵੀ ਗਰਮਾ ਚੁੱਕੀ ਹੈ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਜਿਹੜੇ ਉਹ ਟਵੀਟ ਕਰਕੇ ਆਖਦੇ ਨੇ ਉਹਨਾਂ ਨੇ ਤਿੱਖਾ ਪ੍ਰਤੀਕਿਰਨ ਦਿੱਤਾ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੱਤਾ ਦੇ ਨਸ਼ੇ ਦੇ ਵਿੱਚ ਭਗਵੰਤ ਸਿੰਘ ਮਾਨ ਆਪਣੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ਰਮੀ ਭਰਿਆ ਕੰਮ ਕਰ ਰਹੀ ਹੈ ਪੰਥ ਅਤੇ ਪੰਜਾਬ ਦੀ ਆਵਾਜ਼ ਅਜੀਤ ਤੇ ਪਦਮ ਪੂਸ਼ਨ ਬਰਜ ਬਰਜਿੰਦਰ ਸਿੰਘ ਹਮਦਰਦਾ ਦੇ ਖਿਲਾਫ ਬਹੁਤ ਸ਼ਰਮਸ਼ਾਰ ਹੈ ਇਸਪਸ਼ਟ ਤੌਰ ਦੇ ਉੱਪਰ ਪ੍ਰੈਸ ਦੀ ਆਜ਼ਾਦੀ ਬਾਰੇ ਹਮਦਰਦ ਸਾਹਿਬ ਦੇ ਸਿਧਾਂਤਕ ਸਟੈਂਡਲੀ ਬਦਲਾ ਲੈਣਦਾ ਹੈ ਬਾਦਲ ਨੇ ਅੱਗੇ ਲਿਖਿਆ ਕਿ ਗੈਰ ਪੰਜਾਬੀਆਂ ਦੁਆਰਾ ਚਲਾਈ ਗਈ ਇਹ ਸਰਕਾਰ ਪੰਜਾਬ ਦੀ ਜ਼ਮੀਰ ਦੀ ਆਵਾਜ਼ ਨੂੰ ਕਦੇ ਵੀ ਦਬਾ ਨਹੀਂ ਸਕਦੀ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਇਸ ਹੰਕਾਰ ਵਿਰੁੱਧ ਹਮਦਰਦ ਸਾਹਿਬ ਅਤੇ ਅਜੀਤ ਅਖਬਾਰ ਦੇ ਨਾਲ ਖੜਾ ਹੈ ਤੇ ਇਸੇ ਤਰ੍ਹਾਂ ਅਕਾਲੀ ਦਲ ਦੇ ਜਨ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਟਵੀਟ ਕੀਤਾ ਹੈ ਵਿਕਰਮਜੀਤਿਆ ਨੇ ਕਿਹਾ ਕਿ ਜੋ ਆਪਣਾ ਉਹਨਾਂ ਨੇ ਪ੍ਰतिकਰਮ ਦਿੱਤਾ ਇਸ ਮੁੱਦੇ 'ਤੇ ਉਹਨਾਂ ਨੇ ਬੋਲਿਆ ਕਿ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਇਸ ਗੱਲ ਤੋਂ ਹੈਰਾਨ ਨੇ ਕਿ ਕਿਸ ਤਰ੍ਹਾਂ ਭਗਵੰਤਮਾਨ ਦੀ ਅਗਵਾਈ ਵਾਲੀ ਪਿਛਟ ਆਪ ਸਰਕਾਰ ਜ਼ੁਲਮ ਕਰਕੇ ਪ੍ਰੈਸ ਦੀ ਆਜ਼ਾਦੀ ਦਾ ਕਾਣ ਕਰ ਰਹੀ ਹੈ ਅਜੀਤ ਅਖਬਾਰ ਦੇ ਐਮ ਡੀ ਪਦਮ ਪੋਸ਼ਨ ਵਰਜਿੰਦਰ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦੇ ਪ੍ਰਤੀਕ ਨੇ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਉਹਨਾਂ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਖੜੇ ਹੋਏ ਨੇ ਤੇ ਇਹ ਅਕਾਲੀ ਦਲ ਦਾ ਰੈਐਕਸ਼ਨ ਸੀ ਤਾਂ ਹੁਣ ਕਾਂਗਰਸ ਨੇ ਵੀ ਇਸ ਦੇ ਵਿੱਚ ਟਵੀਟ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੈ ਉਹਨਾਂ ਨੇ ਟਵੀਟ ਕੀਤਾ ਕਿ ਵਿਜੀਲੈਂਸ ਬਿਊਰੋ ਵੱਲੋਂ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਪਦਮਪੂਸ਼ਣ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਦੀ ਸਭ ਤੋਂ ਸਤਿਕਾਰਤ ਮੀਡੀਆ ਸਖਸ਼ੇਤਾ ਵਿੱਚੋਂ ਇੱਕ ਨੂੰ ਤਲਬ ਕਰਨਾ ਬਹੁਤ ਹੀ ਨਿੰਦਨਯੋਗ ਹੈ ਅਜਹੀਆਂ ਦਬਾਅ ਦੀਆਂ ਚਾਲਾਂ ਦੇ ਨਾਲ ਆਪ ਪੰਜਾਬ ਦੇ ਪੰਜਾਬੀ ਮੀਡੀਆ ਦੇ ਵਿੱਚ ਜੋ ਜੋ ਵੀ ਆਜ਼ਾਦ ਆਵਾਜ਼ ਬੱਚਿਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਪੰਜਾਬ ਦੇ ਵਿੱਚ ਇੱਕ ਬੇਈਮਾਨ মিডিਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਸਿਰਫ ਉਹਨਾਂ ਦੇ ਮਾਲਕ ਦੀ ਆਵਾਜ਼ ਦੇ ਹੁਕਮ ਨੂੰ ਤੋਤੇ ਵਾਂਗ ਰੱਟੇਗਾ ਤਾਂ ਅਜਿਹੇ ਬਿਆਨ ਕੀਤੇ ਗਏ ਨੇ ਦਰਸਲ ਜਲੰਧਰ ਤੇ ਕਰਤਾਰਪੁਰ ਦੇ ਵਿੱਚ ਜੋ ਜੰਗੇ ਆਜ਼ਾਦੀ ਮੈਮੋਰੀਅਲ ਬਣਾਇਆ ਗਿਆ ਸੀ ਇਸ ਦਾ ਨੀ ਪੱਥਰ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਰਖਿਆ ਸੀ ਜਦੋਂ ਅਕਾਲੀ ਦਲ ਭਾਜਪਾ ਦਾ ਗਠਜੋੜ ਹੁੰਦਾ ਸੀ ਤਾਂ ਉਸ ਵੇਲੇ ਰੱਖਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਰੱਖਿਆ ਸੀ ਤਾਂ ਇਸ ਦੀ ਪੂਰੀ ਦੇਖਰੇਖ ਜਿਹੜੀ ਹੈਗੀ ਹੈ ਇਸ ਮੈਮੋਰੀਅਲ ਦੀ ਉਹ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਜਿੰਮੇ ਦਿੱਤੀ ਗਈ ਸੀ ਤੇ ਉਹਨਾਂ ਦੀ ਸਾਰੀ ਦੇਖਰੇਖ ਦੇ ਵਿੱਚ ਇਹ ਸਾਰਾ ਪ੍ਰੋਜੈਕਟ ਤਿਆਰ ਹੋਇਆ ਤਾਂ ਪਹਿਲਾ ਪੜਾ ਜਿਹੜਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਸਾਲ 2016 ਦੇ ਵਿੱਚ ਪੂਰਾ ਹੋ ਗਿਆ ਸੀ ਫਿਰ ਅੱਗੇ ਸਰਕਾਰ ਬਦਲ ਜਾਂਦੀ ਹੈ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਫਿਰ ਕੈਪਟਨ ਅਮਰਿੰਦਰ ਸਿੰਘ Cardovich do. ਜਨਕੀ ਤੀਸਰਾ ਦੂਸਰਾ ਤੇ ਤੀਸਰਾ ਪੜਾਜਾ ਜਿਹੜਾ ਹੁੰਦਾ ਇਸ ਮੈਮੋਰੀਅਲ ਦਾ ਉਹ ਪੂਰਾ ਕਰ ਲਿਆ ਜਾਂਦਾ ਤੇ ਸਾਲ 2020 ਦੇ ਵਿੱਚ ਇਹ ਪੂਰਾ ਮੁਕੰਮਲ ਹੋ ਜਾਂਦਾ ਜਦੋਂ ਇਹ ਮੁਕੰਮਲ ਹੋ ਜਾਂਦਾ ਤਾਂ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੇ ਆਪਣਾ ਅਸਤੀਫਾ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਹੈਗਾ ਜਾਂ ਇਸ ਕੰਮ ਨੂੰ ਛੱਡਣ ਦਾ ਜਾਂ ਫਿਰ ਇੱਥੋਂ ਬਾਹਰ ਆਣ ਦਾ ਜਿਹੜਾ ਹੈਗਾ ਇਸ ਸਬੰਧੀ ਪ੍ਰਸਤਾਵ ਜਾਂ ਫਿਰ ਇੱਕ ਲੈਟਰ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਉਸ ਸਮੇਂ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਭੇਜਿਆ ਸੀ ਜਿਸ ਤੋਂ ਬਾਅਦ ਕੈਪਟਨ ਨੇ ਉਹ ਸਵੀਕਾਰ ਨਹੀਂ ਸੀ ਕੀਤਾ ਤੇ ਉਹਨਾਂ ਨੂੰ ਹੋਰ ਜ਼ਿੰਮੇਵਾਰੀਆਂ ਦੇ ਦਿੱਤੀਆਂ ਸੀ ਤਾਂ ਹੁਣ ਜਿਵੇਂ ਹੀ ਵਿਜੀਲੈਂਸ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਡਾਕਟਰ ਬਰਜਿੰਦਰ ਸਿੰਘ ਹਮਦਰਦ ਜੰਗੇ ਆਜ਼ਾਦੀ ਵਾਰ ਮੈਮੋਰੀਅਲ ਜਿਹੜਾ ਮੈਮੋਰੀਅਲ ਬਣਾਇਆ ਗਿਆ ਉਸ ਮੈਮੋਰੀਅਲ ਦੇ ਜਿੰਨੇ ਵੀ ਉਹਨਾਂ ਦੇ ਕੋਲ ਅਹੁਦੇ ਸੀ ਉਹਨਾਂ ਨੇ ਸਾਰੇ ਆਪਣੇ ਛੱਡ ਦਿੱਤੇ ਤਾਂ ਹੁਣ ਵਿਜੀਲੈਂਸ ਨੇ ਉਹਨਾਂ ਨੂੰ ਤਲਬ ਕੀਤਾ ਹੈ ਜਿਸ ਦੇ ਉੱਪਰ ਸਿਆਸੀ ਪ੍ਰਤੀਕਿਰਿਆ ਕੀ ਆਈ ਹੈ ਉਹ ਤੁਹਾਡੇ ਸਾਹਮਣੇ ਰੱਖੀ ਹੈ